ਨੇ ਰੁੱਖ ਹਵਾ ਪਾਣੀ ਧਰਤੀ ਆਕਾਸ਼ ਇਹਨਾਂ ਪੰਜ ਤੱਤਾਂ ਦੇ ਨਾਲ ਮਨੁੱਖੀ ਹੋਂਦ ਪ੍ਰਗਟ ਹੋਈ ਇਸ ਸੰਸਾਰ ਦੇ ਵਿੱਚ ਅਫਸੋਸ ਕਿ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਵਾਸਤੇ ਆ ਮਨੁੱਖ ਦੇ ਭਲੇ ਦੇ ਵਾਸਤੇ ਆ ਪਰ ਮਨੁੱਖ ਨੇ ਇਹਨਾਂ ਸਾਰੀਆਂ ਹੀ ਚੀਜ਼ਾਂ ਦਾ ਵਿਨਾਸ਼ ਕਰਨਾ ਆਰੰਭ ਦਿੱਤਾ ਇਹੋ ਕਾਰਨ ਹੈ ਕਿ ਅੱਜ ਤਾਪਮਾਨ ਦੇ ਵਿੱਚ ਜਵਾਜੂ ਮੰਡਲ ਦੇ ਵਿੱਚ ਜੇ ਸਾਡੇ ਵਾਤਾਵਰਨ ਦੇ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਆ ਰਹੀਆਂ ਨੇ ਜੋ ਭਵਿੱਖ ਦੇ ਵਿੱਚ ਮਨੁੱਖ ਦੇ ਵਾਸਤੇ ਹੀ ਸਭ ਤੋਂ ਵੱਧ ਨੁਕਸਾਨਦਾਇਕ ਸਾਬਤ ਹੋਣ ਗਿਆ। ਖੈਰ ਦੋਸਤੋ ਸਵਾਗਤ ਹੈ ਵਿਰਾਸਤ ਟੀਵੀ ਤੇ। ਪ੍ਰੋਗਰਾਮ ਕੁਝ ਪਲ ਕਿਤਾਬ ਦੇ ਨਾਲ ਵਿੱਚ ਜੀ ਆਇਆਂ ਨੂੰ ਆਖਦਾ। ਆਪ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਉਮੀਦ ਤੇ ਅਰਦਾਸ ਕਰਦਾ ਜਿੱਥੇ ਕਿਤੇ ਹੋਵੋਗੇ ਪ੍ਰਮਾਤਮਾ ਅਕਾਲ ਪੁਰਖ ਅੱਲਾਹ ਤਾਲਾ ਦੇ ਬਾਣੀ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹੋਵੋਗੇ। ਦੋਸਤੋ ਪ੍ਰੋਗਰਾਮ ਦੇ ਵਿੱਚ ਸਾਡੀ ਇੱਕ ਕੋਸ਼ਿਸ਼ ਹੁੰਦੀ ਹੈ ਕਿ ਕੁਝ ਇੱਕ ਚੰਗੀਆਂ ਕਿਤਾਬਾਂ ਤੁਹਾਡੇ ਰੂਬਰੂ ਕੀਤੀਆਂ ਜਾਣ। ਕੁਝ ਐਸੀਆਂ ਕਿਤਾਬਾਂ ਜੋ ਸਾਡੀ ਜ਼ਿੰਦਗੀ ਦੇ ਵਾਸਤੇ ਇੱਕ ਰਾਹ ਦਸੇਰਾ ਹੋਣ। ਬਹੁਤ ਕੁਝ ਹੁੰਦਾ ਆ ਸਾਹਿਤ ਦੇ ਵਿੱਚ ਜੋ ਸਾਡਾ ਮਨੋਰੰਜਨ ਕਰਦਾ ਆ ਜੋ ਤੁਹਾਨੂੰ ਰਮਾਂਚ ਸਾਡੇ ਸਾਡੇ ਅੰਦਰ ਪੈਦਾ ਕਰਦਾ ਆ ਪਰ ਉਹਦੇ ਨਾਲ ਬਹੁਤ ਕੁਝ ਐਸਾ ਹੁੰਦਾ ਆ ਜੋ ਸਾਨੂੰ ਸਿੱਖਣ ਦੇ ਵਾਸਤੇ ਮਿਲਦਾ ਆ ਸਾਡਾ ਇਤਿਹਾਸ ਸਾਡਾ ਤਰ੍ਹਾਂ ਸਾਡਾ ਸੱਭਿਆਚਾਰ ਸਾਡੀ ਵਿਰਾਸਤ ਇਹ ਕੁਝ ਨਹੀਂ ਬਲਕਿ ਸਾਡਾ ਭਵਿਕ ਜੋ ਅੱਜ ਅਸੀਂ ਨਹੀਂ ਸਿੱਖਦੇ ਸਾਹਿਤ ਨੂੰ ਪੜ੍ਹਿਆ ਉਹਦੇ ਉੱਤੇ ਅਮਲ ਨਹੀਂ ਕਰਦੇ ਤਾਂ ਸਾਡਾ ਭਵਿਕ ਕਿੰਨਾ ਧੁੰਦਲਾ ਹੋ ਸਕਦਾ ਆ ਅੱਜ ਜਿਸ ਕਿਤਾਬ ਦੀ ਗੱਲਬਾਤ ਕਰਨੀ ਹੈ ਜਿਵੇਂ ਸ਼ੁਰੂ ਵਿੱਚ ਮੈਂ ਗੱਲਬਾਤ ਕੀਤੀ ਪੰਜ ਕੁਦਰਤੀ ਤੱਤਾਂ ਦੀ ਇਹ ਵੀ ਇਸੇ ਤਰ੍ਹਾਂ ਕੁਦਰਤ ਦੇ ਇੱਕ ਸਭ ਤੋਂ ਅਹਿਮ ਤੱਤ ਦੀ ਗੱਲ ਹੈ ਜਿਹਦੇ ਵਿੱਚ ਜ਼ਿਕਰ ਹੈ ਰੁੱਖਾਂ ਦਾ ਦਰਖਤਾਂ ਦਾ ਬੜਾ ਸੁੰਦਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ ਕਿ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ ਕਿ ਜਿਹੜੇ ਦਰਵੇਸ਼ ਲੋਕ ਨੇ ਉਹਨਾਂ ਦੇ ਅੰਦਰ ਜਿਹੜੀ ਜੀਰਾਂਦ ਹੈ ਨਾ ਜਿਹੜੀ ਸਹਿਜ ਭਾਵਨਾ ਹੈ ਜਿਹੜਾ ਸਬਰ ਹੈ ਸੰਤੋਖ ਹੈ ਜਿਹੜੀ ਸਹਿਨਸ਼ੀਲਤਾ ਹੈ ਤੇ ਜਿਹੜੀ ਕੇਵਲ ਤੇ ਕੇਵਲ ਦੇਣ ਵਾਲੀ ਪ੍ਰਵਿਰਤੀ ਹੈ ਕਿ ਬਦਲੇ ਵਿੱਚ ਕੁਝ ਚਾਹੀਦਾ ਨਹੀਂ ਹੈ ਸੰਤ ਸੁਭਾਅ ਦਾ ਜਿਹੜਾ ਮਕਸਦ ਹੁੰਦਾ ਹੈ ਉਹ ਕੇਵਲ ਤੇ ਕੇਵਲ ਦੂਜੇ ਦੀ ਭਲਾਈ ਕਰਨਾ ਹੁੰਦਾ ਹੈ ਬਦਲੇ ਵਿੱਚ ਭਾਵੇਂ ਰੋੜੇ ਰੋੜੇ ਪੈਣ ਭਾਵੇਂ ਇੱਟਾਂ ਪੈਣ ਭਾਵੇਂ ਪੱਥਰ ਪੈਣ ਉਹਦੇ ਬਾਅਦ ਵਿੱਚ ਵੀ ਆਪਣਾ ਸੁਭਾਅ ਨਹੀਂ ਬਦਲਣਾ ਉਹ ਸਹਜਤਾ ਹਮੇਸ਼ਾ ਆਪਣੇ ਅੰਦਰ ਕਾਇਮ ਰੱਖਣੀ ਆ ਰੁੱਖ ਕੁਝ ਇਸੇ ਤਰ੍ਹਾਂ ਦੇ ਹੁੰਦੇ ਆ ਅਸੀਂ ਰੁੱਖਾਂ ਨੂੰ ਕਟਿਆ ਵੱਢਿਆ ਟੁਕਿਆ ਮਨਮਰਜ਼ੀ ਦੇ ਫਰਨੀਚਰ ਬਣਾਏ ਰੁੱਖਾਂ ਦੀ ਹੋਂਦ ਖਤਰੇ ਵਿੱਚ ਪੈਦਾ ਕਰ ਦਿੱਤੀ ਐਸਾ ਹਾਲਾਤ ਬਣ ਚੁੱਕੇ ਨੇ ਉਹਦੇ باوجود ਰੁੱਖ ਬਰਦਾਸ਼ਤ ਕਰ ਰਹੇ ਨੇ ਤੇ ਉਹ ਮਨੁੱਖ ਦਾ ਮਨੁੱਖ ਵੱਲੋਂ ਕੀਤਾ ਜਾ ਰਿਹਾ ਵਿਕਾਸ ਤੇ ਮਨੁੱਖ ਦਾ ਭਵਿੱਖ ਵਿੱਚ ਹੋਣ ਵਾਲਾ ਵਿਨਾਸ਼ ਬਹੁਤ ਚੰਗੀ ਤਰ੍ਹਾਂ ਦੇਖ ਰਹੇ ਨੇ ਉਹਨਾਂ ਨੂੰ ਸਮਝ ਆਇਆ ਕਿ ਉਹ ਇਹ ਸਾਰਾ ਕੁਝ ਜਿਹੜਾ ਆ ਇਹ ਭਵਿੱਖ ਵਿੱਚ ਕੀ ਕੁਝ ਵਾਪਰਨ ਦੇ ਵਾਲਾ ਆ ਜਿਕਰ ਇਹ ਤਾਂ ਹੁੰਦਾ ਆ ਮਨੁੱਖ ਰੁੱਖਾਂ ਦੀ ਸੰਭਾਲ ਨਹੀਂ ਕਰਦਾ ਜੇ ਮਨੁੱਖ ਨਵੇਂ ਰੁੱਖ ਲਗਾਉਂਦਾ ਨਹੀਂ ਆ ਵਿਨਾਸ਼ ਦੇ ਨਾਂ ਉਤੇ ਸੜਕਾਂ ਬਣਾਉਣ ਦੇ ਵਾਸਤੇ ਸ਼ਹਿਰ ਬਸਾਉਣ ਦੇ ਵਾਸਤੇ ਰੁੱਖਾਂ ਦੀ ਕਟਾਈ ਇਸੇ ਤਰ੍ਹਾਂ ਚਰਦੀ ਰਹਿੰਦੀ ਹੈ ਇਸੇ ਤਰ੍ਹਾਂ ਜਿਹੜਾ ਜੰਗਲ ਦਾ ਏਰੀਆ ਹੈ ਇਲਾਕਾ ਹੈ ਜੰਗਲੀ ਇਲਾਕਾ ਦੀ ਜਿਹੜੀ ਹੈ ਉਹਦੇ ਵਿੱਚ ਘਾਟ ਦਰਜ ਹੁੰਦੀ ਰਹਿੰਦੀ ਹੈ ਲਗਾਤਾਰ ਜੰਗਲਾਂ ਦੀ ਕਟਾਈ ਕਰਦੇ ਜਾ ਰਹੇ ਹਾਂ ਔਰ ਜਿੰਨੀ ਲੋੜ ਹੈ ਇਸ ਧਰਤੀ ਨੂੰ ਇਸ ਪ੍ਰਿਥਵੀ ਨੂੰ ਜਾਂ ਜਿੱਥੇ ਮਨੁੱਖ বাসਦੇ ਨੇ ਉਹ ਪ੍ਰਤੀਸ਼ਤਤਾ ਲਗਾਤਾਰ ਘਟਦਾ ਜਾ ਰਿਹਾ ਹੈ ਤੇ ਭਵਿੱਖ ਦੇ ਵਿੱਚ ਦਾ ਬਹੁਤ ਵੱਡਾ ਨੁਕਸਾਨ ਹੋਣ ਵਾਲਾ ਹੈ ਤੇ ਸਾਨੂੰ ਚੇਤਨ ਹੋਣਾ ਪਏਗਾ ਪਰ ਕਿਵੇਂ ਕੌਣ ਦੱਸਦਾ ਇਹਦੇ ਬਾਰੇ ਸਾਰੇ ਅਸੀਂ ਵਿਰਲਾਪ ਕਰਦੇ ਆਂ ਕਿ ਰੁੱਖਾਂ ਦੀ ਕਟਾਈ ਕਰਕੇ ਰੁੱਖ ਕੋਈ ਨਹੀਂ ਲਗਾ ਰਿਆ ਤਾਂ ਕਰਕੇ ਬੜਾ ਨੁਕਸਾਨ ਹੋ ਰਿਹਾ ਹੈ ਗਰਮੀ ਵਧ ਰਹੀ ਹੈ ਤਾਪਮਾਨ ਵਧ ਰਿਹਾ ਹੈ ਅਗਲੇ ਸ਼ਹਿਰ ਪਿਗਲ ਰਹੇ ਨੇ ਓਜ਼ੋਨ ਪਰਤ ਵਿਚੇੜਾ ਮਘੋਰਾ ਵੱਡਾ ਹੋ ਰਿਹਾ ਉਹ ਸਾਰਾ ਕੁਝ ਇਹ ਜਿੰਨੀਆਂ ਵੀ ਅਲਮਤਾਂ ਨੇ ਇਹ ਤੋਂ ਬਚਣ ਦਾ ਇੱਕੋ ਇੱਕ ਢੰਗ ਹੈ ਇੱਕ ਰੁੱਖ ਲਗਾਇਆ ਜਾਵੇ ਤੇ ਜੇ ਰੁੱਖ ਨਹੀਂ ਲਗਾਉਂਦੇ ਫਿਰ ਕੀ ਹੋਏਗਾ ਤੇ ਪਰਲੋ ਆ ਜਾਵੇਗੀ ਦੋਸਤੋ ਅੱਜ ਦੀ ਇਸ ਕਿਤਾਬ ਦਾ ਨਾਮ ਹੈ ਤੇ ਪਰਲੋ ਆ ਜਾਵੇਗੀ। ਇਹ ਕਿਤਾਬ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਕਿਸਮ ਦੀ ਹੈ। ਵਿਧਾ ਇਸ ਕਿਤਾਬ ਦੀ ਕੀ ਹੈ ਉਹ ਹੈ ਨਾਵਲ। ਭਾਵੇਂ ਕਿ ਇਹਦਾ ਟਾਈਟਲ ਜਦੋਂ ਅਸੀਂ ਪੜ੍ਹਦੇ ਹਾਂ ਤੇ ਪਰਲੋ ਆ ਜਾਵੇਗੀ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਸ਼ਾਇਦ ਇੱਕ ਵਾਰਤਕ ਦੀ ਕਿਤਾਬ ਹੈਗੀ ਪਰ ਨਹੀਂ। ਇਹ ਇੱਕ ਨਾਵਲ ਨੁਮਾ ਕਿਤਾਬ ਹੈ ਤੇ ਇਸ ਨਾਵਲ ਦੀ ਖਾਸ ਗੱਲ ਹੈ ਵੀ ਇਹ ਰੁੱਖਾਂ ਦੇ ਬਾਰੇ ਹੈ। ਜਿਹਦੇ ਵਿੱਚ ਰੁੱਖਾਂ ਦਾ ਮਾਨਵਿਕਰਣ ਕੀਤਾ ਹੈ ਤੇ ਰੁੱਖ ਮਨੁੱਖ ਦੇ ਵਾਂਗ ਬੋਲਦੇ ਆ। ਤਜਦੋਂ ਉਹ ਬੋਲਦੇ ਆ ਤਾਂ ਸਦੀਆਂ ਤੋਂ ਜੋ ਉਹ ਆਪਣੀ ਅੱਖੀਂ ਵੇਖਦੇ ਆ ਰਹੇ ਆ ਉਹਨਾਂ ਦਾ ਹਾਲ ਬਿਆਨ ਕਰਦੇ ਆ ਤੇ ਮਨੁੱਖ ਸੋਚਣ ਦੇ ਵਾਸਤੇ ਮਜਬੂਰ ਹੋ ਜਾਂਦਾ ਹੈ ਇਹ ਨਵਲ ਪੜ੍ਹਨ ਤੋਂ ਬਾਅਦ ਕਿ ਸਾਡੀ ਸਥਿਤੀ ਭਵਿੱਖ ਦੇ ਵਿੱਚ ਕਿਹੋ ਜਿਹੀ ਹੋਏਗੀ ਜਾਂ ਅਸੀਂ ਭਵਿੱਖ ਦੇ ਵਿੱਚ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦੇ ਕੇ ਜਾ ਰਹੇ ਹਾਂ ਕੇਵਲ ਰੁੱਖਾਂ ਦੇ ਬਾਰੇ ਜਾਂ ਰੁੱਖ ਲਗਾਉਣ ਦੇ ਬਾਰੇ ਹੀ ਕਿਤਾਬ ਪ੍ਰੇਰਿਤ ਨਹੀਂ ਕਰਦੀ ਬਲਕਿ ਰੁੱਖਾਂ ਦੀ ਕਟਾਈ ਦੇ ਨਾਲ ਜੋਨ ਨੁਕਸਾਨ ਹੋ ਰਿਹਾ ਉਹਦੇ ਬਾਰੇ ਚੇਤਨਨ ਕਰਦੀ ਹੈ ਔਰ ਕੇਵਲ ਉਹ ਸ਼ਬਦੀ ਤੌਰ ਤੇ ਨਹੀਂ ਬਲਕਿ ਬਹੁਤ ਵੱਡੇ ਵੱਡੇ ਬਹੁਤ ਅ ਜ਼ਬਰਦਸਤ ਅੰਕੜੇ ਰੁੱਖਾਂ ਦੀ ਜ਼ੁਬਾਨੀ ਪੇਸ਼ ਕੀਤੇ ਗਏ ਨੇ ਕਿ ਪਹਿਲਾਂ ਹਾਲਾਤ ਕਿਹੋ ਜਿਹੇ ਹੁੰਦੇ ਸੀ ਔਰ ਹੁਣ ਹਾਲਾਤ ਕਿਹੋ ਜਿਹੇ ਹੋ ਚੁੱਕੇ ਨੇ ਇੱਕ ਕਿਤਾਬ ਪਹਿਲੀ ਵਾਰੀ 2010 ਵਿੱਚ ਪ੍ਰਕਾਸ਼ਿਤ ਹੋਈ ਹੈ ਲੇਖਕਾ ਡਾਕਟਰ ਕੁਲਵਿੰਦਰ ਕੌਰ ਮਨਹਾਸ ਦੁਆਰਾ ਇਹ ਕਿਤਾਬ ਲਿਖੀ ਹੋਈ ਹੈ ਔਰ ਇਸ ਕਿਤਾਬ ਨੂੰ ਜਿਹੜਾ ਆ ਇਹਦਾ ਪਹਿਲਾ ਐਡੀਸ਼ਨ 2010 ਵਿੱਚ ਪ੍ਰਕਾਸ਼ਿਤ ਹੋਇਆ ਲਾਹੌਰ ਬੁਖਸ਼ਾਪ ਨੇ ਇਹਨੂੰ ਪ੍ਰਕਾਸ਼ਿਤ ਕੀਤਾ ਤੇ 2010 ਦੇ ਵਿੱਚ ਲੇਖਕਾਂ ਨੇ ਜਿਹੜੇ ਅੰਕੜੇ ਰੁੱਖਾਂ ਦੀ ਜ਼ੁਬਾਨੀ ਇਸ ਕਿਤਾਬ ਦੇ ਵਿੱਚ ਪੇਸ਼ ਕੀਤੇ ਆ ਅੱਜ 2024 ਵਿੱਚ ਅਸੀਂ ਇਸ ਕਿਤਾਬ ਦੀ ਗੱਲ ਕਰ ਰਹੇ ਹਾਂ ਤੇ 14 ਸਾਲਾਂ ਵਿੱਚ ਕਿੰਨਾ ਵੱਡਾ ਬਦਲਾਅ ਆ ਚੁੱਕਿਆ ਹੋਏਗਾ ਕਿਉਂਕਿ ਰੁੱਖਾਂ ਦੀ ਕਟਾਈ ਉਸੇ ਹੀ ਤੌਰ ਢੰਗ ਤਰੀਕੇ ਦੇ ਨਾਲ ਲਗਾਤਾਰ ਜਾਰੀ ਹੈਗੀ ਹੈ ਖੈਰ ਕਿਤਾਬ ਸਮਰਪਣ ਕੀਤੀ ਹੈ ਲੇਖਕਾਂ ਨੇ ਆਪਣੇ ਦਾਦਾ ਦਾਦੀ ਜੀ ਨੂੰ ਸਰਦਾਰ ਨਗਿੰਦਰ ਸਿੰਘ ਤੇ ਬੀਬੀ ਧਨਕਰ ਤੇ ਨਾਲ ਹੀ ਆਪਣੇ ਨਾਨਾ ਨਾਨੀ ਜੀ ਨੂੰ ਸਰਦਾਰ ਬੇਅੰਤ ਸਿੰਘ ਤੇ ਸ਼੍ਰੀਮਤੀ ਮਾਇਆ ਦੇਵੀ ਜੀ ਨੂੰ ਸੋ ਬਜ਼ੁਰਗਾਂ ਨੂੰ ਇੱਕ ਤਬ ਸਮਰਪਣ ਹੈ ਔਰ ਬਿਨਾ ਕੋਈ ਭੂਮਿਕਾ ਜਬਰਨਾ ਕਿਸੇ ਹੋਰ ਛਲਵਾਲ ਦੇ ਸਿੱਧੀ ਕਿਤਾਬ ਜਿਹੜੀ ਹੈ ਉਹ ਆਰੰਭ ਹੁੰਦੀ ਹੈ ਤੇ ਇਸ ਕਿਤਾਬ ਨੂੰ ਕੇਵਲ ਜਿਵੇਂ ਮੈਂ ਜ਼ਿਕਰ ਕੀਤਾ ਵੇ ਰੋਖਾਂ ਬਾਰੇ ਜਾਣਕਾਰੀ ਨਹੀਂ ਮਿਲਦੀ ਬਲਕਿ ਇਹ ਇੱਕ ਕਹਾਣੀ ਹੈ ਔਰ ਕਹਾਣੀ ਦੇ ਵਿੱਚ ਕਈ ਕਹਾਣੀਆਂ ਜੋ ਸਾਨੂੰ ਪ੍ਰੇਰਿਤ ਕਰਦੀਆਂ ਨੇ ਸਾਨੂੰ ਸੁਚੇਤ ਕਰਦੀਆਂ ਨੇ ਆਪਣੇ ਵਾਤਾਵਰਣ ਪ੍ਰਤੀ ਆਪਣੇ ਆਲੇ ਦੁਆਲੇ ਦੇ ਪ੍ਰਤੀ ਤੇ ਉਹਦੇ ਨਾਲ ਦੀ ਨਾਲ ਮੈਂ ਖਾਸ ਤੌਰ ਤੇ ਦੱਸਦਾ ਵੀ ਰੋਮਾਂਸ ਵੀ ਇਹ ਕਿਤਾਬ ਦੇ ਵਿੱਚ ਰਿਸ਼ਤਿਆਂ ਦੀ ਐਮੀਅਤ ਦੀ ਗੱਲ ਵੀ ਹੈ ਬਜ਼ੁਰਗਾਂ ਦੇ ਸਤਿਕਾਰ ਉਰ ਪਿਆਰ ਦੀ ਗੱਲ ਵੀ ਹੈ ਸਮਾਜ ਵਿੱਚ ਚੱਲਣ ਵਾਲੀਆਂ ਚਲਾਕੀਆਂ ਚੁਸਤੀਆਂ ਦੀ ਗੱਲ ਵੀ ਇਹਦੇ ਵਿੱਚ ਹੈਗੀ ਹੈ ਤੇ ਕਾਰੋਬਾਰ ਕਿਵੇਂ ਚੱਲਦੇ ਆ ਇਮਾਨਦਾਰੀ ਕਿੱਡਾ ਵੱਡਾ ਗੁਣ ਹੈਗਾ ਆ ਉਹਦੇ ਬਾਰੇ ਵੀ ਇਹ ਨਾਵਲ ਜਿਹੜਾ ਆ ਉਹ ਗੱਲ ਕਰਦਾ ਹੈ। ਕੁੱਲ ਪੰਨਿਆਂ ਦੀ ਗੱਲ ਕਰਾਂ 143 ਇਸ ਕਿਤਾਬ ਦੇ ਪੰਨੇ ਆ। ਔਰ 143 ਪੰਨਿਆਂ ਤੇ ਇਹ ਨਾਵਲ ਕਰੀਬ 18 ਕਾਂਡਾਂ ਦੇ ਵਿੱਚ ਵੰਡਿਆ ਹੋਇਆ ਹੈ। ਕੁੱਲ ਮਿਲਾ ਕੇ ਜੇ ਤੁਸੀਂ ਕਿਤਾਬ ਨੂੰ ਪੜਦੇ ਆ ਜਿਵੇਂ ਮਿਸਾਲ ਦੇ ਤੌਰ ਤੇ ਇੱਥੇ ਜ਼ਿਕਰ ਵੀ ਹੈਗਾ ਆ ਕਿ ਜਿਹੜੇ ਅੰਕੜੇ ਨੇ ਵੱਖ-ਵੱਖ ਦੇਸ਼ਾਂ ਦੇ ਜਾਂ ਧਰਤੀ ਦਾ ਜਿਹੜਾ ਅਸੀਂ ਵਿਨਾਸ਼ ਕਰ ਰਹੇ ਹਾਂ ਕਿਸ ਢੰਗ ਦੇ ਨਾਲ ਕਿ ਜੇ ਤੇਲ ਦੀ ਗੱਲ ਹੁੰਦੀ ਹੈ ਇਕੰਦੇ ਇਰਾਕ ਕਵੈਤ ਯੁੱਧ ਸਮੇ ਸਦਾਮ ਹੁਸੈਨ ਦੀਆਂ ਫੌਜਾਂ ਨੇ 736 ਤੇਲ ਦੇ ਖੂਹਾਂ ਨੂੰ ਅੱਗ ਲਾਈ ਸੀ ਜਿਸ ਕਾਰਨ ਕਈ ਦਿਨਾਂ ਤੱਕ ਸੂਰਜ ਦੀ ਰੌਸ਼ਨੀ ਧਰਤੀ ਤੱਕ ਨਹੀਂ ਸੀ ਪਹੁੰਚ ਸਕੀ ਇਹ 9 ਮਹੀਨੇ ਤੱਕ ਸੜਦੇ ਰਹੇ ਜਿਸ ਨਾਲ 1900 ਕਿਲੋਮੀਟਰ ਤੱਕ ਇਲਾਕਿਆਂ ਵਿੱਚ ਵੀ ਬਨਸਪਤੀ ਤੇ ਸਮੁੰਦਰੀ ਜੀਵਾਂ ਉੱਤੇ ਅਸਰ ਹੋਇਆ ਤੇ ਤੇਜਾਬ ਦੀ ਵਰਖ ਹੋਈ ਸੋ ਜਿੱਥੇ ਰੁੱਖਾਂ ਦੇ ਬਾਰੇ ਜਾਣਕਾਰੀ ਹੈ ਉੱਥੇ ਨਾਲ ਦੇ ਨਾਲ ਜਿਹੜਾ ਸਾਡੇ ਆਲੇ ਦੁਆਲੇ ਕੀ ਕੁਝ ਵਾਪਰ ਰਿਹਾ ਸੀ ਕੀ ਕੁਝ ਕਰ ਰਹੇ ਆ ਉਹਦੇ ਬਾਰੇ ਵੀ ਬੜਾ ਸੋਣਾ ਇਹਦੇ ਵਿੱਚ ਬਾ ਕਮਾਲ ਜ਼ਿਕਰ ਹੈਗਾ ਔਰ ਇੱਥੇ ਪੜਦੇ ਪੜਦੇ ਮੈਨੂੰ ਸ਼ਿਵ ਕੁਮਾਰ ਬਟਾਲਵੀ ਦੀਆਂ ਸਤਰਾਂ ਇਸ ਕਿਤਾਬ ਦੇ ਵਿੱਚ ਵੀ ਸ਼ਾਮਲ ਐ ਤੇ ਉਹ ਮੈਨੂੰ ਯਾਦ ਆ ਰਹੀਆਂ ਸੀਗੀਆਂ ਜਿੱਥੇ ਉਹ ਲਿਖਦਾ ਇਹ ਰੁੱਖਾਂ ਬਾਰੇ ਗੱਲ ਕਰਦੇ ਆ ਕਿ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਨੂੰਹਾਂ ਧੀਆ ਲੱਗਦੇ ਕੁਝ ਰੁੱਖ ਵਾਂਗ ਭਰਾਵਾ ਕੁਝ ਰੁੱਖ ਮੇਰੇ ਬਾਬੇ ਵਾਗਨ ਪੱਤਰ ਟਾਵਾ ਟਾਵਾ ਕੁਝ ਰੁੱਖ ਮੇਰੀ ਦਾਦੀ ਵਰਗੇ ਚੂਰੀ ਪਾਵਨ ਕਾਵਾ ਤੇ ਰੁੱਖਾਂ ਬਾਰੇ ਪੜ ਕੇ ਹੈਰਾਨੀਜਨਕ ਖੁਲਾਸੇ ਹੁੰਦੇ ਆ ਤੇ ਕਿਤੋਂ ਨਾ ਕਿਤੇ ਜ਼ਮੀਰ ਸਾਡਾ ਜਾਗਦਾ ਹੈ ਕਿਤਾਬ ਪੜ ਕੇ ਬਈ ਕੋਸ਼ਿਸ਼ ਕਰੀ ਬਈ ਬਸ ਕਿਸੇ ਨਾ ਕਿਸੇ ਢੰਗ ਦੇ ਨਾਲ ਪ੍ਰਮਾਤਮਾ ਇਹ ਕਿਰਪਾ ਕਰ ਦੇਵੇ ਕਿ ਅਸੀਂ ਰੁੱਖ ਲਗਾਉਣ ਵਾਲੇ ਪਾਸੇ ਹੋ ਜਾਈਏ ਤੇ ਖੁਦ ਪਾਠਕ ਦਾ ਜਿਹੜਾ ਆ ਉਹ ਤਹਈਆ ਹੋ ਜਾਂਦਾ ਆਪਣੇ ਆਪ ਵਿੱਚ ਨਾਵਲ ਨੂੰ ਐਂਡ ਤੱਕ ਪਹੁੰਚਦੇ ਆ ਪਹੁੰਚਦੇ ਆ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਘੱਟੋ ਘੱਟ ਭਾਵੇਂ ਇੱਕ ਹੀ ਲਗਾਵਾਂ ਪਰ ਰੁੱਖ ਜ਼ਰੂਰ ਲਾਵਾਂਗਾ ਤੇ ਜੇ ਇਸ ਤਰ੍ਹਾਂ ਹੁੰਦਾ ਹੈ ਤੇ ਇਹੀ ਕਿਤਾਬ ਦੀ ਸਭ ਤੋਂ ਵੱਡੀ ਸਫਲਤਾ ਹੈ ਕਿਤਾਬ ਦੇ ਵਿੱਚ ਕੁਝ ਕੈਰੈਕਟਰ ਨੇ ਕੁਝ ਪਾਤਰ ਦੇ ਜੋ ਮੁੱਖ ਤੌਰ ਤੇ ਅਜੀਤ ਅਜੀਤ ਸਿੰਘ ਤੇ ਹਰਦੀਪ ਕੌਰ ਜਿਨ੍ਹਾਂ ਦੇ ਵਿੱਚ ਰੋਮਾਂਸ ਵੀ ਹੈ ਰਿਸ਼ਤਿਆਂ ਦੀ अहमियत ਦੀ ਗੱਲ ਵੀ ਹੈ ਸਮਾਜ ਪ੍ਰਤੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਵੀ ਨੇ ਤੇ ਇੱਕ ਐਸਾ ਰੋਮਾਂਸ ਦਾ ਪਹਿਲੂ ਹੈ ਜੋ ਬਹੁਤ ਹੀ ਪੋਜ਼ਿਟਿਵ ਹੈ ਜੋ ਮੈਂ ਇਸ ਤੋਂ ਪਹਿਲਾਂ ਕਿਸੇ ਹੋਰ ਕਿਤਾਬ ਦੇ ਵਿੱਚ ਰਿਵਿਊ ਕਰ ਚੁੱਕਿਆ ਪਰ ਨਹੀਂ ਪੜਨ ਵਿੱਚ ਨਹੀਂ ਮਿਲਿਆ ਬਿਲਕੁਲ ਵੱਖਰੇ ਐਂਗਲ ਤੋਂ ਜਿਹੜਾ ਆ ਉਹ ਔਰਤਾਂ ਪ੍ਰਤੀ ਸੋਚ ਦਾ ਜਿਹੜਾ ਆ ਬਹੁਤ ਵਿਸ਼ਾਲ ਦਾਇਰਾ ਜਿਦੋਂ ਹਰਦੀਪ ਕੈਸਾ ਫੈਸਲਾ ਲੈਂਦਾ ਅਜੀਤ ਸਿੰਘ ਐਸਾ ਫੈਸਲਾ ਲੈਂਦਾ ਆ ਜਿਹਨੂੰ ਨਾ ਸਮਾਜ ਮੰਨਣ ਨੂੰ ਤਿਆਰ ਹੈ ਤੇ ਨਾ ਹੀ ਜਿਹੜਾ ਆ ਉਹ ਪਰਿਵਾਰ ਮੰਨਣ ਨੂੰ ਤਿਆਰ ਹੈ ਇੱਥੇ ਜਾਤ ਪਾਤ ਦੀ ਗੱਲ ਕੋਈ ਨਹੀਂ ਹੈ ਦਾਜ ਦਹੇਜ ਦੀ ਗੱਲ ਕੋਈ ਨਹੀਂ ਹੈ ਉੱਚ ਨੀਚ ਦੀ ਗੱਲ ਕੋਈ ਨਹੀਂ ਹੈ ਅਮੀਰ ਗਰੀਬ ਦੀ ਗੱਲ ਕੋਈ ਨਹੀਂ ਹੈ ਫਿਰ ਉਹ ਕਿਹੜੀ ਗੱਲ ਹੋ ਸਕਦੀ ਹੈ ਕਿ ਵਿਆਹ ਦੇ ਵਿੱਚ ਵੀ ਇੱਕ ਐਡਾ ਵੱਡਾ ਪੰਗਾ ਪੈ ਗਿਆ ਹੋਵੇ ਤੇ ਉਹ ਨਾਵਲ ਪੜਿਆ ਬਹੁਤ ਸਹਜਤਾ ਦੇ ਨਾਲ ਉਸ ਜਿਹੜਾ ਵਾ ਬੜੇ ਗੰਭੀਰ ਵਿਸ਼ੇ ਉੱਤੇ ਇਸ ਕਹਾਣੀ ਨੂੰ ਪੇਸ਼ ਕੀਤਾ ਗਿਆ ਜੋ ਕਿਤਨੇ ਕਿਤੇ ਨੌਜਵਾਨਾਂ ਦਾ ਮਾਰਗਦਰਸ਼ਨ ਵੀ ਕਰਦੀ ਹੈ ਬਹੁਤ ਸਾਰੇ ਪੱਖ ਇਸ ਇੱਕ ਨਾਵਲ ਦੇ ਰਾਹੀਂ ਰੁੱਖਾਂ ਦੇ ਰਾਹੀਂ ਮਨੁੱਖਾਂ ਨੂੰ ਬਹੁਤ ਵੱਡਾ ਸੁਨੇਹਾ ਇਸ ਨਾਵਲ ਦੇ ਰਾਹੀਂ ਦਿੱਤਾ ਗਿਆ ਜਿਸ ਵਾਸਤੇ ਮੈਂ ਸਮਝਦਾ ਭਈ ਇਹ ਲੇਖਕਾ ਡਾਕਟਰ ਕੁਲਵਿੰਦਰ ਕੌਰ ਮਨਹਾਸ ਜਿਹੜ ਨੇ ਉਹ ਵਿਦਾਈ ਦੇ ਪਾਤਰ ਨੇ ਸੋ ਇਹ ਨਾਵਲ ਮੈਂ ਕਹਾਂਗਾ ਭਈ ਜ਼ਰੂਰ ਜ਼ਰੂਰ ਪੜਿਆ ਜਾਏ ਕਿਵਲ ਅਸੀਉ ਨਾ ਪੜੀਏ ਖਾਸ ਤੌਰ ਤੇ ਜਿਹੜੇ ਸਾਡੇ 7ਵੀਂ 8ਵੀਂ 9ਵੀਂ 10ਵੀਂ ਚ ਵਿਦਿਆਰਥੀ ਪੜਦੇ ਹਨ ਮੈਂ ਤਾਂ ਇਹ ਵੀ ਸੋਚਦਾ ਸੀ ਨਾਵਲ ਪੜਦਾ ਪੜਦਾ ਕਿ ਕਿੰਨਾ ਚੰਗਾ ਹੋਵੇ ਕਿ ਜੇ ਇਹ ਨਾਵਲ ਸਾਡੇ ਸਕੂਲੀ ਸਿਲੇਬਸ ਦਾ ਹਿੱਸਾ ਬਣ ਜਾਵੇ ਤਾਂ ਕਿ ਜਦ ਤੱਕ ਬੱਚਿਆਂ ਨੇ ਮੈਚੁਰ ਹੋਣਾ ਹੈ ਬਾਲਗ ਹੋਣਾ ਉਹਨਾਂ ਨੂੰ ਪਹਿਲਾਂ ਹੀ ਜ਼ਿੰਮੇਵਾਰੀ ਦਾ ਅਹਿਸਾਸ ਹੋ ਜਾਵੇ ਕਿ ਰੁੱਖ ਸਾਡੀ ਜ਼ਿੰਦਗੀ ਵਿੱਚ ਕਿੰਡੀ ਵੱਡੀ ਅਹਿਮੀਅਤ ਰੱਖਦੇ ਨੇ ਆਪਣੀ ਹੀ ਕਿਸਮ ਦਾ ਇੱਕ ਵੱਖਰਾ ਵੱਖਰੇ ਢੰਗ ਨਾਲ ਪੇਸ਼ ਕੀਤਾ ਗਿਆ ਇਹ ਨਾਵਲ ਹੈ ਕਹਾਣੀ ਵਿੱਚ ਬਹੁਤ ਸਾਰੇ ਮੋੜ ਨੇ ਤੇ ਬਹੁਤ ਆਨੰਦਿਤ ਹੈ ਤੇ ਅੱਗੇ ਦੀ ਅੱਗੇ ਰੋਚਕਤਾ ਜਿਹੜੀ ਹੈ ਉਹ ਪਾਠਕ ਦੀ ਪੂਰੀ ਤਰ੍ਹਾਂ ਬਣੀ ਰਹਿੰਦੀ ਹੈ ਕਿਤੇ ਇਦਾਂ ਨਹੀਂ ਹੁੰਦਾ ਵੀ ਮੈਂ ਅੱਗੇ ਜਾ ਕੇ ਪੜ ਲਵਾਂ ਪਰ ਬਹੁਤ ਜ਼ਬਰਦਸਤ ਰਵਾਨਗੀ ਦੇ ਨਾਲ ਇਹ ਨੋਵਲ ਚੱਲਦਾ ਹੈ ਤੇ ਆਪਣੇ ਵਿਸ਼ੇ ਨੂੰ ਮੁਕੰਮਲ ਕਰਦਾ ਹੈ ਉਮੀਦ ਕਰਦਾ ਨੋਵਲ ਤੇ ਪਰਲਵਾ ਜਾਵੇਗੀ ਲੇਖਕਾ ਡਾਕਟਰ ਕੁਲਵਿੰਦਰ ਕਰਨਾ ਮਿਨਹਾਸ ਪ੍ਰਕਾਸ਼ਕ ਲਾਹੌਰ ਬੁੱਕ ਸ਼ਾਪ 2010 ਵਿੱਚ ਇਹ ਨਾਵਲ ਪ੍ਰਕਾਸ਼ਿਤ ਹੋਇਆ ਸੀਗਾ ਜਿੰਨੇ ਕੋ ਗੱਲਬਾਤ ਇਸ ਨਾਵਲ ਦੇ ਬਾਰੇ ਕੀਤੀ ਹੈ ਚਰਚਾ ਕੀਤੀ ਹੈ ਆਪ ਜੀ ਨੂੰ ਚੰਗੀ ਲੱਗੀ ਹੋਵੇਗੀ ਸੋ ਜ਼ਰੂਰ ਕੋਸ਼ਿਸ਼ ਕਰਿਓ ਕਿ ਜਦੋਂ ਕਿਤੇ ਬੁੱਕ ਸੈਲਰ ਦੇ ਕੋਲ ਜਾਓ ਤੇ ਇਸ ਕਿਤਾਬ ਦੀ ਮੰਗ ਜ਼ਰੂਰ ਕਰਿਓ ਕਿਤੇ ਨਾ ਕਿਤੇ ਤੁਹਾਡੀ ਜ਼ਿੰਦਗੀ ਦੇ ਵਿੱਚ ਹਿਲਜੁਲ ਜਿਹੜਾ ਆ ਉਹ ਜ਼ਰੂਰ ਪੈਦਾ ਕਰੇਗੀ ਇਹ ਕਿਤਾਬ ਇਹ ਮੈਂ ਦਾਅਵੇ ਨਾਲ ਕਹਿ ਸਕਦਾ ਸੋ ਮਿਲਦੇ ਆਂ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ